ਔਰ ਸਾਡਾ ਪ੍ਰੋਟੈਸਟ ਹੈ, ਸਾਡੀਆਂ ਜਿਹੜਾ WTO ਦੀਆਂ ਪਾਬੰਦੀਆਂ ਹੈ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜ ਹੈ ਵੀ ਉਹ MSP ਖਤਮ ਕਰਨਾ ਚਾਹੁੰਦੇ। ਸਾਡਾ ਇੱਕ ਅੰਦੋਲਨ ਚੱਲ ਰਿਹਾ ਭਾਰਤ ਵਿੱਚ, ਇਹਦੇ 'ਚ ਅਸੀਂ ਮੁੱਖ ਤੌਰ 'ਤੇ ਕਹਿੰਦੇ ਹਾਂ ਵੀ MSP ਜਿਹੜੀ ਹੈ ਸਾਨੂੰ ਉਹਨੂੰ ਲਾਗੂ ਕਰਨ ਵਾਸਤੇ, ਉਹਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ, ਔਰ MSP ਤੈਅ ਕਰਨ ਦਾ ਫਾਰਮੂਲਾ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ CT+50% ਉਹਨੂੰ ਲਾਗੂ ਕਰੋ। ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ, ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10,000 ਰੁਪਇਆ ਮਹੀਨਾ ਪੈਨਸ਼ਨ ਦਿਓ। ਸੋ ਇੱਦਾਂ ਦੀਆਂ ਸਾਡੀਆਂ ਮੰਗਾਂ ਨੇ ਜਿਹਨਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ, ਔਰ ਉਹ ਇਸ ਮੌਕੇ ਥਾਂ ਥਾਂ ਧਰਨੇ ਮੁਜ਼ਾਹਰੇ ਅੰਦੋਲਨ ਹੋ ਰਹੇ ਨੇ। ਇੱਥੇ ਪੰਜਾਬ ਵਿੱਚ ਇੱਕ ਅੰਦੋਲਨ ਚੱਲ ਰਿਹਾ, ਉੱਥੇ ਏਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ, ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ, 4 ਹੋਰ ਕਿਸਾਨ ਵੀ ਸ਼ਹੀਦ ਹੋਏ। ਇਸ ਤਰ੍ਹਾਂ ਦੀ ਅੱਜ ਸਾਰੀ ਦੁਨੀਆ ਦੇ ਵਿੱਚ WTO ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ 'ਚ 3 ਦਿਨਾਂ ਸੈਸ਼ਨ WTO ਦਾ ਚੱਲ ਰਿਹਾ, ਅੱਜ ਤੋਂ ਸ਼ੁਰੂ ਹੋਇਆ, ਉਹਦੇ ਵਿਰੋਧ 'ਚ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ 'ਤੇ ਫਿਰਿਆ। ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰ ਲੈ ਕੇ ਸੜਕਾਂ 'ਤੇ ਖੜ੍ਹੇ ਹੈ। ਭਾਰਤ ਵਿੱਚ ਅਸੀਂ ਵੀ SKM ਵੱਲੋਂ ਕਾਲ ਦਿੱਤੀ ਹੈ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ 'ਤੇ ਖੜ੍ਹੇ ਰਹਿਣਗੇ, ਔਰ ਸਾਡਾ ਪ੍ਰੋਟੈਸਟ ਹੈ, ਸਾਡੀਆਂ ਜਿਹੜਾ WTO ਦੀਆਂ ਪਾਬੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜ ਹੈ ਵੀ ਉਹ MSP ਖਤਮ ਕਰਨਾ ਚਾਹੁੰਦੇ ਨੇ। ਸਾਡਾ ਇੱਕ ਅੰਦੋਲਨ ਚੱਲ ਰਿਹਾ ਭਾਰਤ ਵਿੱਚ, ਇਹਦੇ 'ਚ ਅਸੀਂ ਮੁੱਖ ਤੌਰ 'ਤੇ ਕਹਿੰਦੇ ਹਾਂ ਵੀ MSP ਜਿਹੜੀ ਹੈ ਸਾਨੂੰ ਉਹਨੂੰ ਲਾਗੂ ਕਰਨ ਵਾਸਤੇ, ਉਹਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ, ਔਰ MSP ਤੈਅ ਕਰਨ ਦਾ ਫਾਰਮੂਲਾ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ CT+50% ਉਹਨੂੰ ਲਾਗੂ ਕਰੋ। ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ, ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10,000 ਰੁਪਇਆ ਮਹੀਨਾ ਪੈਨਸ਼ਨ ਦਿਓ। ਸੋ ਇੱਦਾਂ ਦੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ, ਔਰ ਉਹ ਇਸ ਮੌਕੇ ਥਾਂ ਥਾਂ ਧਰਨੇ ਮੁਜ਼ਾਹਰੇ ਅੰਦੋਲਨ ਹੋ ਰਹੇ ਨੇ। ਇੱਥੇ ਪੰਜਾਬ ਵਿੱਚ ਇੱਕ ਅੰਦੋਲਨ ਚੱਲ ਰਿਹਾ, ਉੱਥੇ ਏਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ, ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ, 4 ਹੋਰ ਕਿਸਾਨ ਵੀ ਸ਼ਹੀਦ ਹੋਏ, 250 ਕਿਸਾਨ ਉੱਥੇ ਫੱਟੜ ਹੋਇਆ। ਅਸੀਂ ਆਪਣੇ SKM ਵੱਲੋਂ, ਮੈਂ ਕੱਲ੍ਹ ਚੰਡੀਗੜ੍ਹ ਹਾਈਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ, 1-2 ਦਿਨਾਂ ਵਿੱਚ ਹਾਈਕੋਰਟ 'ਚ ਰਿਟ ਦਾਇਰ ਹੋ ਜਾਏਗੀ, ਵੀ ਜਿਹੜੇ ਕਿਸਾਨਾਂ 'ਤੇ ਗੋਲੀਆਂ ਮਾਰੀਆਂ, ਜਿਨ੍ਹਾਂ 'ਤੇ ਟੀਅਰ ਗੈਸ ਛੱਡੀ ਹੈ, ਉਹਦੇ 5 ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗ੍ਹਾ ਚਲੀ ਗਈ, ਜਿਹਦੀ ਨਿਗ੍ਹਾ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਭੈੜਾ, ਅਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਿਹਾ, ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ। ਉਹ ਜਿਹੜਾ 302 ਦਾ ਉਹਦੇ ਪਰਚੇ 'ਤੇ ਹਰਿਆਣਾ ਸਰਕਾਰ ਕਹਿੰਦੀ ਹੈ ਜੀ ਸਾਡੇ ਇਲਾਕੇ 'ਚ ਮਰਿਆ, ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰਿਆ, ਦੋਨੋਂ ਸਰਕਾਰਾਂ ਟਾਲੇ ਬੂਟੇ ਲਾਉਣ ਵਾਸਤੇ FIR ਨਹੀਂ ਕਰ ਰਹੀਆਂ, ਉਹਦਾ ਪੋਸਟਮਾਰਟਮ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਨੇ। ਉਹ ਸਾਡੀ ਡਿਮਾਂਡ ਹੈ ਕੋਈ ਤਸ਼ੱਦਦ ਦਾ ਜਿਹੜਾ ਕੀਤਾ ਉਹਦੀ ਮਾਫ਼ੀ ਤਾਂ ਮੰਗੇ ਹੀ ਸਰਕਾਰ, ਪਹਿਲਾਂ FIR ਕਰਕੇ ਜਿਹੜਾ ਹਰਿਆਣੇ ਦੇ ਹੈਗਾ ਹੋਮ ਮਿਨਿਸਟਰ, ਉੱਥੇ ਦਾ ਚੀਫ ਮਿਨਿਸਟਰ, ਉੱਥੇ ਦਾ DGP, ਉਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਏ, ਅਮਿਤ ਸ਼ਾਹ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਏ, ਕਿਉਂਕਿ ਉਹਦੇ ਹਦਾਇਤਾਂ ਦੇ ਬਿਨਾਂ ਇੱਦਾਂ ਬੈਰੀਕੇਡ ਬੰਦ ਨਹੀਂ ਹੋ ਸਕਦੇ। ਜਿਵੇਂ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ, ਸਾਰੇ ਦੇਸ਼ ਤੋਂ ਅਲੱਗ ਕੀਤਾ ਗਿਆ, ਇਹ ਟੋਟਲੀ ਅਨਕੰਸਟੀਟਿਊਸ਼ਨਲ ਹੈ। ਵਿਧਾਨ 'ਚ ਸਾਡੇ ਕਿਤੇ ਨਹੀਂ ਲਿਖਿਆ ਹੋਇਆ ਸੰਵਿਧਾਨ 'ਚ ਕੋਈ ਇੱਦਾਂ ਸਰਕਾਰ ਨੂੰ ਕੋਈ ਅਧਿਕਾਰ ਹੈ ਜਿਹੜੀ ਨੈਸ਼ਨਲ ਹਾਈਵੇਜ਼ ਨੇ ਉਹਨਾਂ ਨੂੰ ਰੋਕਿਆ ਜਾਏ। ਨੈਸ਼ਨਲ ਹਾਈਵੇਜ਼ ਲੋਕਾਂ ਦੇ ਆਉਣ ਜਾਣ ਵਾਸਤੇ ਬਣਾਈ ਹੈ, ਔਰ ਕਮਾਲ ਇਹ ਹੈ ਕਿ ਕਿਸਾਨਾਂ ਦੇ ਹੱਥ 'ਚ ਕੋਈ ਹਥਿਆਰ ਨਹੀਂ, ਉਹ ਸ਼ਾਂਤ ਨਹੀਂ ਜਾ ਰਹੇ ਨੇ, ਅਤੇ ਉਹਨਾਂ ਨੂੰ ਗੋਲੀਆਂ ਨਾਲ ਬੈਰੀਕੇਡ ਲਾ ਲਾ ਕੇ ਰੋਕਿਆ ਹੋਇਆ, ਅਤੇ ਇਹ ਕਿਸੇ ਦੇਸ਼ 'ਚ, ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਇਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਨਹੀਂ ਮਿਲਦਾ। ਅਸੀਂ ਉਹਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ, ਔਰ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ 'ਤੇ ਉਹਦੀ ਨਿੰਦਾ ਕਰਦੇ ਹਾਂ। ਦੂਸਰਾ,
WTO ਦੀ ਜਿਹੜੀ ਬੈਠਕ ਹੋ ਰਹੀ ਹੈ, ਸਾਡਾ ਕਹਿਣਾ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣਾ ਜੀ ਸਦਕੇ ਰੱਖੋ, ਐਗਰੀਕਲਚਰ ਨੂੰ ਘੱਟੋ ਘੱਟ WTO ਤੋਂ ਬਾਹਰ ਕਰੋ। ਇਹਨੂੰ ਬਚਾਉਣਾ, ਏਡੀ ਵੱਡੀ ਗਿਣਤੀ ਜਿਹੜੇ ਲੋਕ ਖੇਤੀ ਤੇ ਆਪਣੀ ਜ਼ਿੰਦਗੀ ਚਲਾਉਂਦੇ ਨੇ, ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ, ਨਾ ਇਹਨਾਂ ਕੋਲ ਕੋਈ ਸਕਿੱਲ ਹੈ, ਨਾ ਇਹਨਾਂ ਕੋਲ ਬਿਜ਼ਨਸ ਕਰਨ ਵਾਸਤੇ ਪੈਸਾ ਹੈ। ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲ ਜ਼ਮੀਨਾਂ ਲੈ ਲਓਗੇ, ਖੇਤੀ 'ਚੋਂ ਕੱਢ ਦਿਓਗੇ, ਇਹ ਜਾਣਗੇ ਕਿੱਥੇ, ਕਰਨਗੇ ਕੀ, ਇਹਦਾ ਕੋਈ ਹੋਰ ਕੁਛ ਕਰਨ ਜੋਗੇ ਨਹੀਂ, ਅਤੇ ਫਿਰ ਇੱਥੇ ਬਗਾਵਤ ਹੋਏਗੀ, ਹੋਰ ਕੀ ਹੋਏਗਾ। ਜੇ ਤੁਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ, ਅੱਜ ਦੁਨੀਆਂ ਦੇ ਵੱਡੇ ਜਿਹੜੇ ਅਰਬ ਖਰਬਪਤੀ ਨੇ, ਬਿਲ ਗੇਟਸ ਦੇ ਖਿਲਾਫ ਫਰਾਂਸ ਵਿੱਚ, ਰੋਮਾਨੀਆ 'ਚ, ਜਰਮਨੀ 'ਚ, ਸਾਰੇ ਯੂਰਪ ਦੇ ਵਿੱਚ ਥਾਂ ਥਾਂ ਮੁਜ਼ਾਹਰੇ ਹੋਏ ਨੇ, ਉਹ ਲੱਖ ਲੱਖ ਏਕੜ ਜ਼ਮੀਨ ਹਰ ਦੇਸ਼ ਵਿੱਚ ਖਰੀਦੀ ਤੁਰਿਆ ਜਾ ਰਿਹਾ। ਉਹ ਕਹਿੰਦਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆਂ ਦੇ, ਉਹ ਚਾਹੁੰਦੇ ਨੇ ਵੀ ਜਿਹੜਾ ਖਾਣਾ ਹੈ ਇਹਦੇ 'ਤੇ ਸਾਡਾ ਕਬਜ਼ਾ ਹੋ ਜਾਏ, ਆਮ ਦੁਨੀਆ ਸਾਡੀ ਗੁਲਾਮ ਹੋ ਜਾਏਗੀ। ਖਾਣੇ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਕਾਰਪੋਰੇਟ ਹਾਊਸਿਸ ਦੀ ਅੱਖ ਹੈ, ਉਹਨਾਂ ਕੋਲ ਇੰਡਸਟਰੀ ਤਾਂ ਹੈ ਹੀ, ਉਹਨਾਂ ਨੇ ਕਿਹਾ ਇੰਡਸਟਰੀ ਤੋਂ ਬਿਨਾਂ ਸਭ ਤੋਂ ਬਿਨਾਂ ਮਨੁੱਖ ਖਾਣੇ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਇਸ ਕਰਕੇ ਖਾਣੇ 'ਤੇ ਕਬਜ਼ਾ ਕਰੋ, ਖਾਣ ਵਾਲੀਆਂ ਚੀਜ਼ਾਂ ਖੇਤ 'ਚ ਪੈਦਾ ਹੁੰਦੀਆਂ। ਉਹ ਕਹਿੰਦੇ ਇਹਨਾਂ ਤੋਂ ਜ਼ਮੀਨਾਂ ਲੈ ਲਓ, ਜ਼ਮੀਨਾਂ ਲੈ ਕੇ ਅਸੀਂ ਖੇਤੀ ਕਰਵਾਵਾਂਗੇ। ਔਰ ਨਾਲ ਹੀ ਇਹ ਵੀ ਬੜਾ ਸਪਸ਼ਟ ਕਰਦੇ, ਜਿਸ ਪਾਸੇ ਨੂੰ ਭਾਰਤ ਸਰਕਾਰ ਤੁਰੀ ਹੈ, ਇੱਥੇ ਜਿਵੇਂ ਸਾਡਾ ਸਮਰਾਲਾ ਸ਼ਹਿਰ ਹੈ, ਇੱਥੇ ਜਿਹੜੀਆਂ ਦੁਕਾਨਾਂ ਨੇ ਛੋਟੀਆਂ ਛੋਟੀਆਂ ਕੋਈ ਨਹੀਂ ਰਹਿਣੀ। ਇੱਥੇ ਇੱਕ ਮਾਲ ਖੁੱਲ੍ਹ ਗਿਆ ਨਾ ਸੀਅਰਸ ਵਾਲੇ ਦਾ, ਸਾਰੇ ਸਮਰਾਲੇ ਦੇ ਬਿਜ਼ਨਸ ਨੂੰ ਖਾ ਜਾਊ। ਪਰ ਜਿੱਧਰ ਨੂੰ ਭਾਰਤ ਸਰਕਾਰ ਚੱਲ ਰਹੀ ਹੈ, ਉਹ ਇਸੇ ਪਾਸੇ ਚੱਲ ਰਹੀ ਆ। ਇੱਕ ਵੱਡਾ ਰੋਲਾ ਜਿਹੜੇ ਸਾਡੇ ਆਪਣੇ ਕਾਰਪੋਰੇਟ ਹਾਊਸਿਸ ਨੇ, ਉਹ ਸਾਡੀ ਸਰਕਾਰ ਦੇ ਸਾਹਮਣੇ ਧਿਰ ਬਣ ਕੇ ਖੜੇ ਨੇ ਸਾਨੂੰ ਲੁੱਟਣ ਵਾਸਤੇ। ਜਿਹੜਾ ਆਇਲ ਸੀਡ ਸਾਡੇ ਨਹੀਂ ਖਰੀਦ ਹੋ ਰਹੇ, ਉਹ ਸਮਝ ਪੈਂਦੀ ਹੈ ਵੀ ਸਾਰੀ ਟੋਟਲ ਇੰਪੋਰਟ ਅਡਾਨੀ ਦੀ ਹੈ ਖਾਣ ਵਾਲੇ ਤੇਲਾਂ ਦੀ, ਇਸੇ ਕਰਕੇ ਸਾਡੇ ਆਇਲ ਸੀਡ ਨਹੀਂ ਖਰੀਦ ਹੋ ਰਹੇ। ਸਾਡੀ ਮੰਗ ਹੈ ਵੀ ਸਰਕਾਰ WTO ਤੋਂ ਬਾਹਰ ਆਵੇ, ਕਿਸਾਨਾਂ ਨੂੰ ਉਹਨਾਂ ਦੀ MSP ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਵੇ, ਉਹਨਾਂ ਦੇ ਕਰਜ਼ੇ 'ਤੇ ਲਕੀਰ ਫੇਰੇ, ਕਿਉਂਕਿ ਤੁਸੀਂ ਹਮੇਸ਼ਾ ਘੱਟ ਭਾਅ ਦੇ ਕੇ ਕਿਸਾਨ ਦਾ ਜੋ ਮੁਨਾਫਾ ਸੀ ਉਹ ਨਿਚੋੜ ਲਿਆ, ਤੁਹਾਡੀ ਜੇਬ 'ਚ ਗਿਆ, ਕਿਸਾਨਾਂ ਦੇ ਕੋਲ ਨਹੀਂ ਆਇਆ। ਜੇ ਤੁਸੀਂ ਹਰ ਸਾਲ 3.5-3.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕਰਕੇ ਇੰਨੀ ਟੈਕਸ ਬੈਨੀਫਿਟ ਦੇ ਕੇ ਉਹਨਾਂ ਨੂੰ ਹਰ ਸਾਲ ਨਿਵਾਜ ਸਕਦੇ ਹੋ, ਤਾਂ ਤੁਸੀਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰਦੇ? ਕਿਸਾਨਾਂ ਮਜ਼ਦੂਰਾਂ ਦਾ ਖਰਚਾ ਵੀ ਮਾਫ਼ ਹੋਣਾ ਚਾਹੀਦਾ। ਇਹਦੇ ਲਈ ਲੜਾਈ ਹੈ। ਲੋਕਾਂ ਦਾ ਬਹੁਤ ਬਹੁਤ ਧੰਨਵਾਦ, ਜਿਸ ਤਰ੍ਹਾਂ ਸਾਰੇ ਦੇਸ਼ ਵਿੱਚ ਅੱਜ ਹੁੰਗਾਰਾ ਭਰਿਆ, ਲੋਕਾਂ ਨੇ ਸੜਕਾਂ 'ਤੇ ਕਿਸਾਨ ਨਿਕਲੇ ਨੇ, ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਨਾਲ ਬੇਨਤੀ ਹੈ ਵੀ ਅਗਲਾ ਪ੍ਰੋਗਰਾਮ ਜਿਹੜਾ 14 ਮਾਰਚ ਨੂੰ ਰਾਮਲੀਲਾ ਮੈਦਾਨ 'ਚ ਇੱਕ ਵੱਡਾ ਇਕੱਠ ਕਰਕੇ, ਰਾਮਲੀਲਾ ਮੈਦਾਨ 'ਚ ਇੱਕ ਮਹਾਂਪੰਚਾਇਤ ਕਰਕੇ ਸਰਕਾਰ ਨੂੰ ਹੋਰ ਚੇਤਾਵਨੀ ਦੇਣੀ ਹੈ। ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਉਦੋਂ ਕੋਰਟ ਲੱਗ ਜਾਏਗਾ, ਕੋਰਟ ਲੱਗੇ ਨਾ ਲੱਗੇ ਉਹ ਇੱਕ ਅਲੱਗ ਚੀਜ਼ ਹੈ, ਪਰ ਜਿਹੜਾ ਪ੍ਰੋਟੈਸਟ ਦਾ ਸੰਵਿਧਾਨਿਕ ਹੱਕ ਹੈ ਸਾਡਾ, ਉਹ ਲਗਾਤਾਰ ਜਾਰੀ ਰਹਿਣਾ ਹੈ। ਇਹਦੇ ਬਾਅਦ ਅਗਲਾ ਪ੍ਰੋਗਰਾਮ, ਨਵੀਂ ਸਰਕਾਰ ਆਏਗੀ, ਉਹਦੇ ਗਲ 'ਚ ਫਾਹਾ ਪਿਆ ਰਹੇਗਾ। ਅੱਜ ਡਰ ਸਿਰਫ ਇੱਕੋ ਇੱਕ ਹੈ ਭਾਰਤ ਸਰਕਾਰ ਨੂੰ, ਮੋਦੀ ਸਰਕਾਰ ਨੂੰ। ਉਹ ਕਹਿੰਦੇ ਬਾਕੀ ਤਾਂ ਸਾਰੇ ਮੈਂ ਢਾ ਲਏ, ਆਹ ਇੱਕ SKM ਹੈ ਜਿਹੜਾ ਮੇਰੇ ਰਸਤੇ 'ਚ ਰੋੜਾ ਹੈ, ਇਹ SKM ਨੂੰ ਢਾਉਣਾ ਬਹੁਤ ਜ਼ਰੂਰੀ ਹੈ। ਜੇ ਇਹ ਨਾ ਢਾਇਆ, ਇਹਨਾਂ ਨੇ ਸਾਨੂੰ ਸਰਕਾਰ ਚਲਾਉਣ ਨਹੀਂ ਦੇਣੀ, ਨਵੀਂ ਸਰਕਾਰ ਭਾਵੇਂ ਬਣ ਜਾਵੇ, ਉਹਨਾਂ ਨੂੰ ਇਹ ਖਦਸ਼ਾ ਵੀ ਇਹਨਾਂ ਨੇ ਸਾਨੂੰ ਚੱਲਣ ਨਹੀਂ ਦੇਣਾ। ਇਸ ਕਰਕੇ SKM ਨੂੰ ਢਾਉਣਾ ਜ਼ਰੂਰ ਹੈ, ਔਰ SKM ਦੇ ਉੱਤੇ ਹੀ ਹਮਲੇ ਕਰ ਰਹੀ ਹੈ ਉਹ, ਔਰ ਜਿੰਨਾ ਉਹਨਾਂ ਦਾ ਲੱਗਿਆ ਹੋਇਆ ਜ਼ੋਰ SKM ਦੇ ਵਿਰੁੱਧ ਚੱਲਿਆ, ਅਤੇ SKM ਉਹਨਾਂ ਦੇ ਚੈਲੇਂਜ ਕਬੂਲ ਕਰਦਾ। ਅਸੀਂ ਜਦੋਂ ਤੱਕ ਸਰਕਾਰ ਇਹ ਨੀਤੀਆਂ ਨਹੀਂ ਬਦਲਦੀ, ਉਦੋਂ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ। ਜਿਹੜੀਆਂ ਜਥੇਬੰਦੀਆਂ ਨੇ ਸ਼ੰਭੂ ਬਾਰਡਰ ਅੰਦੋਲਨ ਕਰ ਰਹੀ ਹੈ,
ਤੁਹਾਨੂੰ ਕੀ ਲੱਗਦਾ ਕੋਈ ਜਲਦਬਾਜ਼ੀ ਤਾਂ ਕੀਤੀ ਗਈ ਉਹਨਾਂ ਵੱਲੋਂ, ਤੁਹਾਨੂੰ ਕੀ ਲੱਗਦਾ? ਮੈਂ ਇਹਦੇ ਕਮੈਂਟ ਨਹੀਂ ਕਰਨਾ, ਉਹਨਾਂ ਨੇ ਅੰਦੋਲਨ ਕੀਤਾ ਹੋਏ ਨਾ, ਉਹਨਾਂ ਦੇ ਹਿੱਤ 'ਚ ਨਾ ਸਾਡੇ ਹਿੱਤ 'ਚ।